ਅੰਦਰ ਜੀ ਨੂੰ ਅੱਜ ਪੰਮੀ ਬਾਈ ਜੀ ਸ਼ਰਧਾਂਜਲੀ ਦੇਣ ਪੁੱਜੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਮੀ ਬਾਈ ਜੀ ਨਾਲ ਪੰਮੀ ਬਾਈ ਜੀ ਕੀ ਕਹਿਣਾ ਚਾਹੁੰਗਾ ਅੱਜ ਤੁਸੀਂ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦੇਣਾ ਕੀ ਕਹਿੰਗੇ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਸਰਦੂਲ ਸਿਕੰਦਰ ਚਾਹੇ ਬੇਸ਼ੱਕ ਮੁਹੰਮਦਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਪਰ ਉਹਨਾਂ ਦੀ ਜਿਹੜੀ ਗਾਇਕੀ ਦੀ ਸ਼ੁਰੂਆਤ ਹੈ ਉਹ ਸਿੱਖ ਧਰਮ ਦੇ ਪਰੰਪਰਕ ਗੁਰਬਾਣੀ ਕੀਰਤਨ ਤੋਂ ਸ਼ੁਰੂ ਹੋਈ ਪਰ ਉਹ ਉਹਦੇ 'ਚ ਵੀ ਸੰਪੂਰਨ ਰਹੇ ਲੋਕ ਗਾਇਕੀ ਦੇ ਵਿੱਚ ਵੀ ਸਰਦੂਲ ਸਿਕੰਦਰ ਸੰਪੂਰਨ ਰਹੇ ਕਵਾਲੀ ਦੇ ਵਿੱਚ ਵੀ ਸੰਪੂਰਨ ਰਹੇ ਅਤੇ ਉਹਨਾਂ ਨੇ ਜੇ ਕਲਾਸੀਕਲ ਗਾਇਕੀ ਕੀਤੀ ਉਹਦੇ 'ਚ ਵੀ ਸੰਪੂਰਨ ਰਹੇ ਸੋ ਇਹ ਕਦੇ ਵੀ ਜਿਹੜਾ ਕਲਾਕਾਰ ਹੁੰਦਾ ਉਹ ਕਿਸੇ ਧਰਮ ਜਾਤ ਦਾ ਨਹੀਂ ਹੁੰਦਾ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਸਾਰੇ ਸਮਾਜ ਲਈ ਸਾਂਝੇ ਹੁੰਦੇ ਨੇ ਅਤੇ ਇਸੇ ਕਰਕੇ ਅੱਜ ਹਰ ਧਰਮ ਦਾ ਬੰਦਾ ਹਰ ਜਾਤ ਦਾ ਬੰਦਾ ਉਹਨੂੰ ਆਪਣੇ ਉਸ ਰੰਗਲੇ ਸੱਜਣ ਨੂੰ ਕਰਨ ਆਇਆ ਹੈਗਾ ਉਹ ਉਸ ਨੂੰ ਕਹਿੰਦੇ ਨੇ ਨਕਮਸਤਕ ਹੋਣ ਆਇਆ ਚੜ੍ਹਦੇ ਪੰਜਾਬ ਦੇ ਵਿੱਚੋਂ ਵੀ ਬੜੇ ਕਲਾਕਾਰ ਨੇ ਜਿਵੇਂ ਅਕਰਮ ਰਾਹੀ ਸਾਹਿਬ ਨਾਲ ਮੇਰਾ ਬਹੁਤ ਸਨੇਹ ਹੈ ਉਹਨਾਂ ਨੇ ਵੀ ਸਪੈਸ਼ਲ ਉੱਥੋਂ ਵਾਈਟ ਬਣਾ ਕੇ ਭੇਜੀ ਜੋ ਮੈਂ ਭੈਣ ਨੂਰੀ ਉਹਨਾਂ ਨੂੰ ਭੇਜੀ ਹੈ ਸੋ ਬੜੇ ਜਿਹੜੇ ਕਲਾਕਾਰ ਨੇ ਉਹ ਅੱਜ ਇੱਥੇ ਪਹੁੰਚੇ ਹੋਏ ਨੇ ਅਤੇ ਉਹ ਸਾਰੇ ਬੰਦੇ ਜਿਹੜੇ ਨੇ ਉਹ ਨਕਮਸਤਕ ਹੋਣ ਲਿਆ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਜੀ ਦਾ ਅੱਜ ਸ਼ਰਧਾਂਜਲੀ ਸਮਾਗਮ ਚੱਲ ਰਿਹਾ ਜਿਸ ਵਿੱਚ ਪੰਮੀ ਬਾਈ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹਨ ਸਮਾਗਮ ਦੇ ਵਿੱਚ ਸ਼ਰਧਾਂਜਲੀ ਦੇਣ ਲਈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਅ ਜੀ ਕੀ ਕਹਿਣਾ ਚਾਹੇਂਗੇ ਉਹ ਸਰਦੂਲ ਭਾਅ ਜੀ ਜਿਹੜੇ ਸਾਡੇ ਵਿੱਚ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਸਾਡੇ ਵਿੱਚ ਨਹੀਂ ਹੈ ਕੀ ਕਹਿੰਗੇ ਦੇਖੋ ਉਸ ਰੰਗਲੇ ਸੱਜਣ ਨੂੰ ਅਸੀਂ ਸਾਰੇ ਹੀ ਸ਼ਰਧਾਂਜਲੀ ਅਰਪਣ ਕਰਨ ਲਈ ਪਹੁੰਚੇ ਹਾਂ ਕਿਉਂਕਿ ਉਹ ਸੁਰਾਂ ਦਾ ਬਾਦਸ਼ਾਹ ਨਾ ਕੋਈ ਪੈਦਾ ਹੋ ਸਕਦਾ ਅਤੇ ਨਾ ਹੀ ਮੁੜ ਕੇ ਸਰਦੂਲ ਸਿਕੰਦਰ ਜੰਮਣਾ ਭਾਅ ਜੀ ਕੋਈ ਦੋ ਯਾਦਾਂ ਉਹਨਾਂ ਦੀਆਂ ਜਿਨ੍ਹਾਂ ਨਾਲ ਤੁਸੀਂ ਉਹਨਾਂ ਨਾਲ ਬਤਾਈਆਂ ਹੁਣ ਕੀ ਕਹਿਣਾ ਚਾਹੇਂਗੇ ਕਿਵੇਂ ਦਾ ਉਹਨਾਂ ਨਾਲ ਯਾਦਾਂ ਸੀ ਕੀ ਕਹਿੰਗੇ ਦੇਖੋ ਮੇਰੇ ਨਾਲ ਬਹੁਤ ਜ਼ਿਆਦਾ ਸਨੇਹ ਸੀ ਸਰਦੂਲ ਭਾਅ ਜੀ ਦਾ ਜਦੋਂ ਉਹਨਾਂ ਦੇ ਸਿੱਖ ਲੈ ਕਲਹਿਰੀਆਂ ਮੋਹਰਾ ਤੁਰਨਾ ਤੋਰ ਪੰਜਾਬਣ ਦੀ ਉਸ ਕੈਸਟ ਦੇ ਵਿੱਚ ਜਨਾਬ ਚਰਨਜੀਤ ਗੁੱਜਾ ਸਾਹਿਬ ਨੇ ਮੇਰਾ ਹੀ ਕਹਿੰਦੇ ਨੇ ਆਉਣ ਵਾਲੀ ਕੈਸਟ ਦਾ ਜਿਹੜਾ ਹੈਗਾ ਉਹ ਐਡਵਰਟਾਈਜਮੈਂਟ ਉਹਨਾਂ ਦੇ ਗਾਣੇ ਦੇ ਜ਼ਰੀਏ ਕੀਤੀ ਸੀ ਉਸ ਕੈਸਟ ਦੇ ਵਿੱਚ ਕੀਤੀ ਸੀ ਅਤੇ ਉਸ ਤੋਂ ਬਾਅਦ ਵੀ ਸਾਡੀਆਂ ਬੜੀਆਂ ਵੱਖ ਵੱਖ ਸਟੇਜਾਂ ਦੇ ਉੱਤੇ ਅਸੀਂ ਪ੍ਰੋਗਰਾਮਾਂ 'ਚ ਇਕੱਠੇ ਹੁੰਦੇ ਸੀ ਅਤੇ ਬੜੀਆਂ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਭਾਅ ਜੀ ਕੀ ਕਹਿਣਾ ਚਾਹੇਂਗੇ ਉਹ ਨੀਰੂ ਜਿਹੜੀ ਨੀਰੂ ਭੈਣ ਜੀ ਨੇ ਉਹ ਅੱਜ ਹੁਣ ਇਕੱਲੇ ਰਹਿ ਗਏ ਨੇ ਉਹਨਾਂ ਬਾਰੇ ਤੁਸੀਂ ਭੈਣ ਜੀ ਅਤੇ ਤੁਸੀਂ ਕੀ ਕਹਿੰਗੇ ਜਿਹੜੇ ਸਰਦੂਲ ਭਾਅ ਜੀ ਨਾਲ ਕਿਵੇਂ ਦੇ ਜਿਹੜੇ ਤੁਸੀਂ ਕੋਈ ਆਪ ਵੀ ਉਹਨਾਂ ਨਾਲ ਸਟੇਜ ਸਾਂਝੀ ਕੀਤੀ ਕੀ ਸੀਗਾ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਨਾਂ ਪੂਰਾ ਹੋਣ ਵਾਲਾ ਘੱਟ ਹੈ ਪਰਿਵਾਰ ਲਈ ਹੈ ਸਾਡੀ ਭੈਣ ਲਈ ਦੋਨਾਂ ਬੱਚਿਆਂ ਲਈ ਕਿਉਂਕਿ ਸਰਦੂਲ ਸਿਕੰਦਰ ਮੁੜ ਕੇ ਨਹੀਂ ਜੰਮਣਾ ਇਸ ਧਰਤੀ ਦੇ ਉੱਤੇ ਅਤੇ ਸਰਦੂਲ ਸਿਕੰਦਰ ਦੀ ਆਵਾਜ਼ ਹਮੇਸ਼ਾ ਪੰਜਾਬੀ ਫਿਜ਼ਾ ਦੇ ਵਿੱਚ ਗੂੰਜਦੀ ਰਹੂਗੀ ਅਤੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਨੇ ਸੋ ਇਹੀ ਇੱਕ ਲੋਕ ਕਲਾਕਾਰ ਦੀ ਪਛਾਣ ਹੈ ਇਹੀ ਇੱਕ ਰੰਗਲੇ ਸੱਜਣ ਨੂੰ ਜਿਸ ਤਰ੍ਹਾਂ ਲੋਕ ਲਾਸਟ ਉਹਨੂੰ ਅਲਵਿਦਾ ਕਰਨ ਕਹਿਣ ਆਏ ਨੇ ਉਹਨਾਂ ਦੀ ਲਾਸਟ ਅੰਤਿਮ ਅਰਦਾਸ ਸ਼ਾਮਿਲ ਹੋ ਆਏ ਨੇ ਅਤੇ ਇਹ ਤੋਂ ਵੱਡਾ ਸਲੂਟ ਕੋਈ ਕਲਾਕਾਰ ਨਹੀਂ ਕੀ ਸ਼ਰਧਾਂਜਲੀ ਕੀ ਦੇਣਾ ਚਾਹੁੰਗੇ ਇੱਕ ਲਾਸਟ ਜਿਹੜੀ ਉਹਨੂੰ ਸ਼ਰਧਾਂਜਲੀ ਦੇਣਾ ਕੀ ਦੋ ਲਫ਼ਜ਼ ਕਹਿੰਗੇ ਤੁਸੀਂ ਦੇਖੋ ਸ਼ਰਧਾਂਜਲੀ ਤਾਂ ਇਹੀ ਹੈਗੀ ਹੈ ਕਿ ਸਾਡਾ ਭਰਾ ਜਿਹੜਾ ਹੈਗਾ ਉਸਦੇ ਪਰਿਵਾਰ ਨੂੰ ਅੱਲਾਹ ਤਾਲਾ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਪਿੱਛੇ ਉਸਦੀ ਯਾਦ ਦੇ ਵਿੱਚ ਕੋਈ ਵੱਡਾ ਉਪਰਾਲਾ ਜਿਹੜਾ ਹੈਗਾ ਸਰਕਾਰ ਵੱਲੋਂ ਕਰਨਾ ਚਾਹੀਦਾ ਐਡੇ ਵੱਡੇ ਕਲਾਕਾਰ ਦੇ ਲਈ ਐਡੇ ਵੱਡੇ ਸਟਾਰ ਦੇ ਲਈ ਸੋ ਮੈਂ ਆਪਦੇ ਦਿਲ ਦੀ ਗਹਿਰਾਈ 'ਚੋਂ ਪਰਿਵਾਰ ਨਾਲ ਦੁੱਖ ਵਡਾਉਂਦਾ ਹੋਇਆ ਅਤੇ ਉਸ ਆਪਦੇ ਰੰਗਲੇ ਸੱਜਣ ਨੂੰ ਸ਼ਰਧਾਂਜਲੀ ਭੇਂਟ ਕਰ ਪੰਮੀ ਬਾਈ ਜੀ ਜਿਹੜੇ ਸਰਦੂਲ ਸਿਕੰਦਰ ਜੀ ਨੂੰ ਆਪਣਾ ਸ਼ਰਧਾਂਜਲੀ ਦੇਣ ਪੁੱਜਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਭਾਅ ਜੀ ਦੀਆਂ ਜਿਹੜੀਆਂ ਯਾਦਾਂ ਕਦੇ ਨਹੀਂ ਭੁਲਾ ਸਕਦੇ ਕਿਉਂਕਿ ਜਿਹੜੇ ਭਾਅ ਜੀ ਨਾ ਭੁੱਲਣ ਵਾਲੀ ਚੀਜ਼ ਹਨ ਖੰਨਾ ਤੋਂ ਵਿਪਨ ਭਾਰਦਵਾਜ ਲਿਵਿੰਗ ਇੰਡੀਆ ਨਿਊਜ਼ ਪੰਜਾਬ